ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 4 ਅਕਤੂਬਰ ਨੂੰ ਇੰਟਰਨੈਸ਼ਨਲ ਨਗਰ ਕੀਰਤਨ ਜੋ ਕਿ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਚੱਲਿਆ ਹੋਇਆ, ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ ਤੋਂ ਆਉਂਦਾ ਹੋਇਆ, ਰਾਤੀ ਦਿੱਲੀ ਸਟੇ ਸੀਗਾ ਮਜਨੂੰ ਕਟੀਲਾ, ਉਸ ਤੋਂ ਬਾਅਦ ਉਹ ਚੱਲ ਕੇ ਨਗਰ ਕੀਰਤਨ ਸਵੇਰੇ ਚੱਲਿਆ, ਵਾਇਆ ਪੀਤਮਪੁਰਾ ਪੀਰਾਗੜ੍ਹੀ ਹੁੰਦਿਆ ਹੋਇਆ ਬਹਾਦਰਗੜ੍ਹ ਉਹਨੇ ਪਹੁੰਚਣਾ ਹੈ। ਹਰਿਆਣਾ ਦਾ ਪਹਿਲਾ ਸ਼ਹਿਰ ਹੈ ਬਹਾਦਰਗੜ੍ਹ, ਉਸ ਜਗ੍ਹਾ 'ਤੇ ਉਹਨੇ ਪਹੁੰਚਣਾ ਹੈ। ਅਕੋਰਡਿੰਗ ਟੂ ਟਾਈਮ ਉਹਦਾ 1:30 ਵਜੇ ਦਾ ਹੈਗਾ ਸੀਗਾ, ਲੇਕਿਨ ਲੇਟ ਚੱਲ ਰਿਹਾ। ਸਮਝ 'ਚ ਆਈ ਹੈ ਕਿ ਉਹ ਪੀਰਾਗੜ੍ਹੀ ਕ੍ਰੋਸ ਕਰ ਗਿਆ ਔਰ ਅੱਧੇ 1.5 ਘੰਟੇ ਤੱਕ ਵਾਹਿਗੁਰੂ ਦੀ ਕਿਰਪਾ ਸਦਕਾ ਸੰਗਤਾਂ ਦੇ ਦਰਸ਼ਨ ਵੇਲੇ ਕਰਾਂਗੇ, ਨਾਲੇ ਆਪ ਜੀ ਨੂੰ ਵੀ ਸੰਗਤਾਂ ਦੇ ਨਾਲ ਰੂਬਰੂ ਕਰਾਵਾਂਗੇ, ਨਾਲੇ ਨਗਰ ਕੀਰਤਨ ਆਪ ਜੀ ਨਾਲ ਲਾਈਵ ਦਿਖਾ ਕੇ ਸਾਂਝ ਪਾਵਾਂਗੇ। ਔਰ ਇਹ ਸੰਗਤਾਂ ਇੰਤਜ਼ਾਰ ਕਰ ਰਹੀਆਂ ਨੇ ਨਗਰ ਕੀਰਤਨ ਦਾ। ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ, ਨਾਨਕ ਸਭ ਥਾਂ ਇੱਕ ਓਂਕਾਰ, ਨਾਨਕ ਹਾਰ, ਨਾਨਕ ਪਾਰ, ਨਾਨਕ ਸਭ ਥਾਂ ਇੱਕ ਓਂਕਾਰ, ਨਾਨਕ ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ, ਇੱਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਪਰਮ ਭੁਲੇਖਾਏ। ਤੇਰਾ ਸ਼ਬਦ ਸੁਣਾ ਵੈਰਾਗ ਹੋਵੇ, ਤਨ ਮਨ ਦੇ ਬਦਲਣ ਵੇਗ ਬਾਬਾ, ਨਾਨਕ ਪਾਰ, ਨਾਨਕ ਸਭ ਥਾਂ ਇੱਕ ਓਂਕਾਰ, ਨਾਨਕ ਹਾਰ, ਨਾਨਕ ਪਾਰ, ਨਾਨਕ ਸਭ ਥਾਂ ਇੱਕ ਓਂਕਾਰ, ਨਾਨਕ ਸਾਰੀ ਖੇਡ ਬਾਬਾ,
ਜਦੋਂ ਪਾਇਆ ਦਸਵਾਂ ਜਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ ਜਗ ਚਾਨਣ